ਫਿਲਹਾਲ ਤਾਂ ਬਾਈ 8 ਬੱਚੇ ਨਿਕਲੇ ਆ ਤੇ ਬੱਚੇ ਬਾਈ ਬਿਲਕੁਲ ਸਹੀ ਆ। ਬਹੁਤ ਸੋਚ ਸਮਝ ਕੇ ਇੱਥੇ ਆਪਾਂ ਨੇ ਪਿੰਜਰਾ ਬਣਾਇਆ ਇਹ। ਲਾਈਟ ਬਾਈ ਹੈ ਨੀ, ਇਨਵੇਟਰ ਪਰ ਚੱਲ ਰਹੀ ਹੈ ਮਸ਼ੀਨ, ਲਾਈਟ ਗਈ ਵੀ ਬਾਈ ਕੱਲ ਸ਼ਾਮ ਦੀ ਗਈ ਹੋਈ ਆ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਆ, ਠੀਕ ਠਾਕ ਹੋ ਜੀ? ਤੇ ਦੋਸਤੋ ਬਾਈ ਸ਼ਾਮ ਨੂੰ ਵੀਡੀਓ ਬਣਾ ਰਿਹਾ, ਸੁਬਹ ਵਾਲੀ ਵੀਡੀਓ ਤੁਸੀਂ ਦੇਖ ਲਈ ਹੋਣੀ ਆ। ਆਪਾਂ ਨੇ ਕੱਲ ਪਰਸੋਂ ਚਕੋਰਾਂ ਦੇ ਬਾਈ ਆਂਡੇ ਥੱਲੇ ਤਾਰੇ ਸੀਗੇ ਤੇ ਉਹਨਾਂ ਵਿੱਚੋਂ ਬਾਈ ਬੱਚੇ ਨਿਕਲ ਗਏ ਤੇ ਉਹੀ ਬਾਈ ਹੁਣ ਮੈਂ ਸ਼ਾਮ ਨੂੰ ਤੇ ਇੱਧਰ ਬਾਹਰ ਕੱਢਣੇ ਆ, ਉਹੀ ਤੁਹਾਨੂੰ ਦਿਖਾਉਣਾ ਹੁਣ ਮੈਂ। ਸੋਲਾਂ ਸਤਾਰਾਂ ਆਂਡੇ ਸੀਗੇ ਬਾਈ, ਇਹਨਾਂ ਵਿੱਚੋਂ ਇਹ ਬੱਚੇ ਨਿਕਲੇ ਆ, ਤਕਰੀਬਨ 5-6 ਨਿਕਲੇ ਆ ਫਿਲਹਾਲ, ਬਾਕੀ ਹਾਲੇ ਨਿਕਲ ਰਹੇ ਆ, ਭੱਜਦੇ ਬਾਹਰ ਡਰਦੇ ਆ। ਤੇ ਅੱਜ ਬਾਈ ਇਹ ਸੁਬਹਾ ਦੀ ਨਿਕਲੇ ਹੋਏ ਸੀਗੇ, ਮੈਂ ਕਿਹਾ ਚਲੋ ਇਹਨਾਂ ਨੂੰ ਹੁਣ ਕੱਢਦੇ ਨੇ ਫਿਰ ਦਾਣਾ ਦੂਣਾ ਖਾ ਲੂੰਗੇ। ਚਲੋ ਆਪਾਂ ਪਹਿਲਾਂ ਵੀ ਕੱਢ ਕੇ ਇਹਨਾਂ ਨੂੰ ਗਿਣਦੇ ਹਾਂ ਕਿੰਨੇ ਕਾ ਇਹ, ਤਾਂ ਭੱਜਦੇ ਹੀ ਬਹੁਤ ਆ। 1 2 3 ਆਹ ਵੇਖੀ ਆਥਾ, ਤੇ ਆ ਹੋ ਗਿਆ 5ਵਾਂ, 5 3 ਬਾਈ 8 ਫਿਲਹਾਲ ਤਾਂ ਬਾਈ 8 ਬੱਚੇ ਨਿਕਲੇ ਆ ਤੇ ਬੱਚੇ ਬਾਈ ਬਿਲਕੁਲ ਸਹੀ ਆ ਤੇ ਬਾਕੀ ਹਾਲੇ ਨਿਕਲ ਰਹੇ ਆ, ਕੋਈ ਨਹੀਂ ਹਾਲੇ ਇਹਨਾਂ ਨੂੰ ਨਿਕਲ ਜਾਣ ਦੇ, ਕਿਉਂਕਿ ਪਹਿਲਾਂ ਵੀ ਬਾਈ ਅੱਗੇ ਪਿੱਛੇ ਹੀ ਨਿਕਲੇ ਸੀਗੇ, ਜਦੋਂ ਆਪਣਾ ਪਹਿਲੇ ਬੱਚੇ ਨਿਕਲੇ ਸੀਗੇ ਤਾਂ ਵੀ ਨਿਕਲ ਰਿਹਾ। 1 2 3 4 5 6 7 8 9 10 11 12 13 14 14 ਆਂਡੇ ਹਾਲੇ ਪਏ ਆ। ਚਲੋ ਹੁਣ ਆਪਾਂ ਇਹਨਾਂ ਨੂੰ ਛੱਡ ਦਿੰਦੇ ਹਾਂ। ਬਟੇਰਾਂ ਦਾ ਬਾਈ ਹਾਲੇ ਕੋਈ ਨਹੀਂ ਨਿਕਲਿਆ ਹੈਗਾ, ਇਹ ਵੀ ਬਾਈ ਬੁੱਕ ਹੋਏ ਮੇ ਆ ਇਹ, ਅਤੇ ਆਪਾਂ ਨੇ ਬਾਈ ਨੂੰ ਦੇਣੇ ਆ, ਉਹਨਾਂ ਦੀ ਪੇਮੈਂਟ ਆਈ ਹੋਈ ਆ। ਬਾਈ ਕਹਿੰਦਾ ਵੀ ਜਿੰਨੇ ਵੀ ਨਿਕਲ ਗਏ ਤਾਂ ਦੇ ਦਿਓ, ਮੈਂ ਚਲੋ ਕੋਈ ਨਹੀਂ ਫਿਰ ਆਪਾਂ ਕੱਲ੍ਹ ਕੁ ਨੂੰ ਚੁਕਾ ਦਾਂਗੇ ਬਾਈ ਨੂੰ। ਚਲੋ ਜਿਹੜੇ ਬਾਈ ਬਟੇਰਾਂ ਦੇ ਬੱਚੇ ਪਹਿਲੇ ਸੀਗੇ ਉਹ ਆਪਾਂ ਨੇ ਸੇਲ ਕਰਤੇ ਸੀਗੇ, 25 ਹੋ ਗਏ ਸੀਗੇ ਆਪਣੇ ਕੋਲ, ਅਤੇ 10 ਇੱਕ ਬੰਦੇ ਨੂੰ ਦੇਤੇ ਸੀਗੇ, 15 ਇੱਕ ਨੂੰ ਦੇਤੇ ਸੀਗੇ, ਅਤੇ 9-10 ਘਿਆ ਫਿਰਦੇ ਹਾਂ, ਇਹ ਵੀ ਆਪਾਂ ਨੇ ਬਾਈ ਸੇਲ ਕਰ ਦੇਣੇ ਆ। ਅਤੇ ਦਾਣਾ ਬਾਈ ਇਹਨਾਂ ਨੂੰ ਪਾ ਦਿੱਤਾ ਅਤੇ ਪਾਣੀ ਆਹੀ ਰੱਖਿਆ ਵਾ, ਛੋਟਾ ਡਰੋਪਰ ਜਿਹਾ ਹੀ ਰੱਖਿਆ ਹੋਇਆ, ਜੇ ਬੜਾ ਆਪਾਂ ਡਰਿੰਕਰ ਲਾਉਂਦੇ ਹਾਂ ਤਾਂ ਬਾਈ ਫਿਰ ਜਿਹੜੇ ਬਟੇਰ ਦੇ ਬੱਚੇ ਆ ਨਾ ਡੁੱਬ ਜਾਂਦੇ ਆ ਪਾਣੀ ਵਿੱਚ। ਅਤੇ ਚਲੋ ਕੋਈ ਨਹੀਂ, ਹੁਣ ਆਪਾਂ ਇਹਨਾਂ ਨੇ ਲਾਈਟ ਜਗਾ ਦਿੰਦੇ ਹਾਂ ਬੱਲਬ, ਅਤੇ ਬਾਕੀ ਬਾਈ ਹੁਣ ਜਿਹੜੀ ਵੀਡੀਓ ਆ ਫਿਰ ਆਪਾਂ ਹੁਣ ਕੱਲ੍ਹ ਨੂੰ ਬਣਾਵਾਂਗੇ ਆ ਕੇ, ਅਤੇ ਵੀਡੀਓ ਨੂੰ ਕਰ ਦੇਈ ਬੰਦ। ਦੀ ਨੈਕਸਟ ਡੇ ਲਓ ਵੀ ਦੋਸਤੋ, ਆਪਾਂ ਨੇ 30 ਤਰੀਕ ਨੂੰ ਜਿੱਥੋਂ ਤੋਂ ਵੀਡੀਓ ਆਪਾਂ ਨੇ ਛੱਡੀ ਸੀਗੀ ਅਤੇ ਉੱਥੇ ਦੀ ਬਈ ਅੱਜ ਆਪਾਂ ਸਟਾਰਟ ਕਰਨ ਲੱਗੇ ਹਾਂ। ਅੱਜ ਹੈਗੀ ਬਾਈ 2 ਤਰੀਕ, ਅਤੇ ਵਿੱਚ ਨੂੰ ਬਾਈ ਫਿਰ ਵੀਡੀਓ ਬਣੀ ਨਹੀਂ ਹੈਗੀ 2-3 ਦਿਨ, ਕਿਉਂਕਿ ਟਾਈਮ ਨਹੀਂ ਲੱਗਿਆ ਹੈਗਾ ਆਪਣਾ। ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਬਈ ਜਿਹੜੇ ਜਾਨਵਰ ਹੋਰ ਨਿਕਲੇ ਆ ਮਸ਼ੀਨ ਵਿੱਚ, ਉਹ ਤੁਹਾਨੂੰ ਦਿਖਾਉਂਦੇ ਹਾਂ। ਅਤੇ ਬਟੇਰਾਂ ਦੇ ਬੱਚੇ ਨਿਕਲੇ ਆ ਜੀ ਹੋਰ, ਅਤੇ ਚਕੋਰਾਂ ਦਾ ਬਾਈ ਕੋਈ ਨਹੀਂ ਨਿਕਲਿਆ ਹੈਗਾ, ਚਕੋਰ ਦੇ ਆਪਾਂ ਨੇ ਆਂਡੇ ਲਾਏ ਹੋਏ ਆ। 1 ਮਿੰਟ ਮੈਨੂੰ ਟਰੇ ਉੱਪਰ ਨੂੰ ਕਰਨ ਦੇ,
ਫਿਰ ਦੇਖ ਲਿਆ। ਲਾਈਟ ਬਾਈ ਹੈ ਨਹੀਂ, ਇਨਵੇਟਰ ਪਰ ਇਹ ਚੱਲ ਰਹੀ ਹੈ ਮਸ਼ੀਨ। ਲਾਈਟ ਗਈ ਵੀ ਬਾਈ ਕੱਲ੍ਹ ਸ਼ਾਮ ਦੀ ਗਈ ਹੋਈ ਆ। ਬੱਚੇ ਵੀ ਬਾਈ ਤਕਰੀਬਨ ਨਿਕਲੇ ਹੋਏ ਆ 8-9, ਇਹਨਾਂ ਨੂੰ ਆਪਾਂ ਹੁਣ ਕੱਢਦੇ ਹਾਂ ਬਾਹਰ। ਅਤੇ ਕੱਲ੍ਹ ਦੇ ਨਿਕਲੇ ਹੋਏ ਆ ਇਹ, ਅਤੇ ਇੱਕ ਇਹ ਨਿਕਲਿਆ ਹੋਇਆ, ਇਹ ਤਾਂ ਮੈਨੂੰ ਵਿਚਾਰਾ ਲੰਗੜਾ ਜਿਹਾ ਲੱਗਦਾ। ਅਤੇ ਪਹਿਲਾਂ ਬਾਈ ਆਪਾਂ ਹੁਣ ਇਹਨਾਂ ਦੀ ਇੱਧਰ ਸੈਟਿੰਗ ਕਰ ਦਈਏ, ਫਿਰ ਛੱਡ ਪਏ ਇੱਧਰ। ਅਤੇ ਜਿਹੜੇ ਆਪਣੇ ਪਹਿਲਾਂ ਨਿਕਲੇ ਹੋਏ ਸੀਗੇ ਬੱਟਿਆਂ ਅਤੇ ਚਕੋਰਾਂ ਦੇ, ਉਸ ਦਿਨ ਮੈਂ ਤੁਹਾਨੂੰ ਚਕੋਰਾਂ ਦੇ ਦਿਖਾਏ ਸੀਗੇ ਵੀ ਚਕੋਰਾਂ ਦੇ ਬੱਚੇ ਨਿਕਲ ਗਏ ਅਤੇ ਆਪਾਂ ਨੇ ਇੱਧਰ ਛੱਡਤੇ ਸੀਗੇ, ਅਤੇ ਉਹ ਬਾਈ ਆਪਾਂ ਨੇ ਸੇਲ ਕਰਤੇ ਸੀਗੇ। ਤੁਹਾਨੂੰ ਮੈਂ ਦੱਸਿਆ ਸੀਗਾ ਬਾਈ ਆਪਾਂ ਨੇ ਸੇਲ ਕਰਨੇ ਆ ਉਹ, ਅਤੇ ਉਹ ਕਰਤੇ ਸੀਗੇ। ਕੱਲ੍ਹ ਆਪਾਂ ਨੇ ਸੇਲ ਅਤੇ ਬੱਟਿਆਂ ਦੇ ਵੀ ਸੇਲ ਕਰਤੇ ਸੀਗੇ। ਅਤੇ ਹੁਣ ਇੱਧਰ ਆਪਣੀ ਟੋਕਰੀ ਹੋ ਗਈ ਖਾਲੀ, ਇੱਥੇ ਹੁਣ ਛੱਡਦੇ ਆਪਾਂ ਬਾਈ ਚਕੋਰਾਂ ਦੇ ਬੱਚੇ ਬਟੇਰਾਂ ਦੇ ਬੱਚੇ। ਅਤੇ ਪਹਿਲਾਂ ਅਖਬਾਰ ਵਿਛਾ ਲਈਏ, ਦੇਖਦੇ ਜੇ ਕੋਈ ਅਖਬਾਰ ਹੋਇਆ। ਅਖਬਾਰ ਬਾਈ ਹੈ ਨਹੀਂ, ਅਖਬਾਰ ਘਰ 'ਤੇ ਲਿਆਉਣਾ ਪੈਣਾ। ਅਤੇ ਜਿੱਥੇ ਆਹ ਗਲੀ ਸੀਗੀ ਵੱਡੀ ਸਾਰੀ, ਅਤੇ ਇਹਦੇ ਆਪਾਂ ਨੇ ਇੰਨੇ ਕੁ ਗੱਤੇ ਦੇ ਨਾਲ ਆਪਾਂ ਨੇ ਕਵਰ ਕਰਤੀ, ਕਿਉਂਕਿ ਇੱਥੇ ਨਾ ਬਟੇਰ ਦਾ ਬੱਚਾ ਨਿਕਲ ਸਕਦਾ। ਅਤੇ ਦਾਣਾ ਆਪਾਂ ਪਾ ਦਿੰਦੇ ਹਾਂ, ਇੰਨੇ ਆਪਾਂ ਛੱਡ ਦਿੰਦੇ ਹਾਂ, ਫਿਰ ਅਖਬਾਰ ਬਾਅਦ 'ਚ ਆਪਾਂ ਵਿਛਾ ਦਿੰਦੇ ਹਾਂ। ਹੁਣ ਬਾਈ ਇੱਧਰ ਵੀ ਆਪਣਾ ਫ੍ਰੀ ਹੋ ਗਿਆ ਸਾਰਾ ਸਿਸਟਮ, ਅਤੇ ਇੱਕ ਅੱਧੇ ਦਿਨ 'ਚ ਆਪਾਂ ਹੁਣ ਸਟੋਰ ਦੀ ਸਫਾਈ ਕਰਦੇ ਹਾਂ ਚੰਗੀ ਤਰ੍ਹਾਂ। ਚੂਹੇ ਬਹੁਤ ਹੋ ਗਏ, ਚੂਹੇ ਵੀ ਮਾਰਦੇ ਹਾਂ। ਜੋ ਨਾਲੇ ਗਿਣਦੇ ਹਾਂ ਕਿੰਨੇ ਕੁ ਬੱਚੇ ਹੋ ਗਏ। ਦੋ A few moments later. ਅਤੇ ਛੱਡਦੇ ਬਾਈ ਪਾਣੀ, ਹਾਲੇ ਮੈਂ ਥੋੜ੍ਹਾ ਅੜਕ ਕੇ ਪਾਉਣਾ। ਪਹਿਲਾਂ ਉੱਧਰ ਜਾਨਵਰ ਬਾਹਰ ਵਾਲੇ ਬੰਦ ਕਰ ਦੂੰਗੀ, ਮਸ਼ੀਨ ਵੀ ਆਪਾਂ ਨੇ ਬੰਦ ਕਰਤੀ, ਅਤੇ ਮਸ਼ੀਨ ਦਾ ਹੀ ਪਾਣੀ ਖਤਮ ਹੋਇਆ ਵਾ। ਅਤੇ ਇੱਧਰ ਬਾਈ ਜਾਨਵਰ ਘੁੰਮ ਰਹੇ ਹਾਂ ਬਾਹਰ, ਅਤੇ ਇਹਨਾਂ ਦਾ ਗੁੱਲੀ ਡੰਡਾ ਬਾਈ ਮੈਂ ਆਪਾਂ ਨੇ ਪਾਇਆ ਹੋਇਆ ਸੀਗਾ, ਖਾ ਰਹੇ ਹਾਂ। ਗੁੱਲੀ ਡੰਡਾ ਤਾਂ ਖਾ ਲਿਆ, ਬਸ ਹੁਣ ਇਹਨਾਂ ਨੂੰ ਆਇਆ ਵੀ ਦਾਣਾ ਪਾ ਦਿਓ। ਅਤੇ ਇੱਧਰ ਦੇਖ ਲਓ ਮਿੱਟੀ 'ਚ ਬਾਈ ਨਹਾ ਵੀ ਰਹੇ ਹਾਂ ਨਾਲ ਹੀ ਨਾਲ। ਅਤੇ ਬਟੇਰਾਂ ਦੇ ਵੀ ਅੰਡੇ ਚੱਕਦੇ ਹਾਂ ਬਾਈ, ਬਟੇਰਾਂ ਦੇ ਵੀ ਚੱਕੇ ਨਹੀਂ ਹੈਗੇ, ਇਹਨਾਂ ਦੇ ਵੀ ਚੱਕਦੇ ਅੰਡੇ। ਇੱਧਰ ਬਾਈ ਸਾਰੇ ਓਕੇ ਆ। ਉਹ ਜਿਹੜਾ ਆਪਣਾ ਇੱਕ ਜੈਪਨੀ ਸਪੈਂਟ ਦਾ ਬੱਚਾ ਨਿਕਲਿਆ ਸੀਗਾ ਬਾਅਦ ਵਿੱਚ ਚੌਥੇ ਨੰਬਰ ਵਾਲਾ, ਉਹ ਆਪਾਂ ਨੇ ਇੱਥੇ ਛੱਡਤਾ ਅਤੇ ਘੁੰਮ ਰਿਹਾ ਬਾਈ ਉਹ ਵੀ। ਇਹਨਾਂ ਦਾ ਵੀ ਹਾਲੇ ਦਾਣਾ ਪਾਣੀ ਦਾ ਰਹਿੰਦਾ, ਆਪਾਂ ਪਾਵਾਂਗੇ। ਅਤੇ ਇੱਕ ਬਾਈ ਚਕੋਰ ਦਾ ਇੱਕ ਨਾ ਚਕੋ ਆਪਣਾ ਬਟੇਰ ਦਾ ਬੱਚਾ ਸੀਗਾ, ਉਹ ਰਹਿ ਗਿਆ ਸੀਗਾ ਕੱਲ੍ਹ ਦੇਣ 'ਤੇ, ਉਹ ਫਿਰ ਮੈਂ ਇੱਧਰ ਹੀ ਛੱਡਤਾ। ਇਹ ਡਾਰੀ ਮਾਨ ਲੱਗ ਗਿਆ ਅਤੇ ਉਹ ਸਟੋਰ 'ਚ ਫਿਰ ਘੁੰਮੀ ਜਾਂਦਾ, ਉੱਥੇ ਨਾ ਚੂਹੇ ਕਈ ਵਾਰ ਨਾ ਚੱਕ ਲੈਂਦੇ ਇਹਨਾਂ ਨੂੰ। ਫਿਰ ਮੈਂ ਇੱਧਰ ਹੀ ਛੱਡਤਾ, ਮੈਂ ਜਦ ਜਿਸ ਦਿਨ ਆਪਾਂ ਦੂਜੇ ਸੇਲ ਕਰਾਂਗੇ ਫਿਰ ਨਾਲੇ ਸੇਲ ਕਰ ਦਾਂਗੇ। ਅਤੇ ਇੱਧਰ ਬੱਤਕਾਂ ਦੀ ਵੀ ਸੈਟਿੰਗ ਆ ਗਈ, ਬੱਤਕਾਂ ਬਾਈ ਹੁਣ ਮਾਰਦੀਆਂ ਹੈਗੀਆਂ ਪਰ ਘੱਟ ਮਾਰਦੀਆਂ, ਪਰ ਹੁਣ ਆਪਾਂ ਬੰਦ ਨਹੀਂ ਕਰਦੇ ਇਹਨਾਂ ਨੂੰ, ਖੁੱਲ੍ਹੀਆਂ ਘੁੰਮਦੀਆਂ। ਪਰ ਸ਼ਾਮ ਦੇ ਟਾਈਮ ਹਾਲੇ ਆਪਾਂ ਇਹਨਾਂ ਨੂੰ ਅਲੱਗ ਅਲੱਗ ਬੰਦ ਕਰਦੇ ਹਾਂ, ਹਾਲੇ ਇੱਧਰ ਹੀ ਬੰਦ ਕਰਦੇ ਹਾਂ। ਹਾਲੇ 2-4 ਦਿਨ ਹਾਲੇ ਹੋਰ ਸੈਟਿੰਗ ਆ ਜਾਣ ਦੇ, ਜਦ ਤੱਕ ਇਹ ਇਕੱਠੀਆਂ ਨਹੀਂ ਘੁੰਮਦੀਆਂ ਫਿਰ ਆਪਾਂ ਇੱਕੋ 'ਚ ਬੰਦ ਕਰਦੇ ਕਰਾਂਗੇ। ਤਲਾਬ ਭਰ ਗਿਆ ਬਾਈ, ਹੁਣ ਪਾਣੀ ਬੰਦ ਕਰ ਦੇ ਇਹਨਾਂ ਦਾ। ਟਾਕੀ ਬਾਈ ਓਕੇ ਆ, ਘੁੰਮ ਰਿਹਾ ਹੈ ਨਾ। 8:15 ਹੋ ਗਿਆ ਬਾਈ, 8:30 ਤੱਕ ਦਾਣਾ ਪਾਵਾਂਗੇ ਆਪਾਂ ਇਹਨਾਂ ਨੂੰ। ਅਤੇ ਹੁਣ ਮੇਰੀ ਸਲਾਹ ਬਣਦੀ ਵੀ ਇਹਨਾਂ ਨੂੰ ਹੁਣ ਸਾਰਾ ਦਿਨ ਬਾਹਰ ਛੱਡਦੇ ਕਰੀਏ, ਵੀ ਘੁੰਮੀ ਜਾਇਆ ਕਰੂੰਗੇ, ਕਿਉਂਕਿ ਹੁਣ ਠੀਕ ਹੋ ਗਏ, ਛੋਟੇ ਵਾਲਾ ਕੋਈ ਰਿਹਾ ਨਹੀਂ ਹੈਗਾ। ਇਹ ਲੋ ਵੀਡੀਓ 'ਚ ਦੇਖਦੇ ਹੋਣੇ ਆ, ਹੁਣ ਸੋਹਣੀਆਂ ਪੱਠੀਆਂ ਜਿਹੀਆਂ ਹੋ ਗਈਆਂ ਇਹ, ਕਿਉਂਕਿ ਮੈਂ ਨਾ ਥੋੜ੍ਹੀ ਜਿਹੀ ਇਹਨਾਂ ਦੀ ਫੀਡ ਵਧਾ ਦਿੱਤੀ ਸੀਗੀ, ਉਹਨਾਂ ਨਾਲ ਥੋੜ੍ਹੀ ਜਲਦੀ ਗਰੋਥ ਹੋ ਗਈ ਇਹਨਾਂ ਦੀ।
ਤੇ ਇੱਕ ਬਾਈ ਬਾਹਰ ਦਾ ਬਹੁਤ ਫਰਕ ਹੈ। ਹੁਣ ਆਪਾਂ 2 ਘੰਟੇ ਦੇਖ ਲਾ ਸੁਬਾਹ ਦਾ ਸੁਬਾਹ ਘੁਮਾ ਦਿੰਦੇ ਹਾਂ ਅਤੇ 2 ਘੰਟੇ ਸ਼ਾਮ ਨੂੰ ਘੁਮਾ ਦਿੰਦੇ ਹਾਂ ਅਤੇ ਜਾਨਵਰ ਨਾ ਛੇਤੀ ਵੱਧਦਾ ਫੁੱਲਦਾ। ਫਿਰ ਆਪਾਂ ਨੇ ਕੈਲਸ਼ੀਅਮ ਵੀ ਬਾਈ ਇਹਨਾਂ ਦਾ ਪੂਰਾ ਰੱਖਿਆ ਹੋਇਆ ਅਤੇ ਕੈਲਸ਼ੀਅਮ ਮਲਟੀ ਵਿਟਾਮਿਨ ਆਪਾਂ ਪੂਰਾ ਦੇਈਦਾ। ਇੱਕ ਬਾਈ ਦਾ ਬਾਈ ਕਮੈਂਟ ਆਇਆ ਸੀਗਾ ਅਤੇ ਜਿਹੜਾ ਆਪਾਂ ਕਹਿੰਦਾ ਵੀ ਟੀਨਾਂ ਨਹੀਂ ਤਾਂ ਪਾਉਣੀਆਂ ਅਤੇ ਪੱਥਰ ਵਾਲੀਆਂ ਚਾਦਰਾਂ ਪਾਉਣੀਆਂ ਸੀਗੀਆਂ ਅਤੇ ਟੀਨਾਂ ਬਾਈ ਆਪਾਂ ਨੇ ਇਸ ਕਰਕੇ ਪਾਈਆਂ ਕਿਉਂਕਿ ਇੱਥੇ ਨਾ ਬਾਈ ਧੁੱਪਾਂ ਨਹੀਂ ਆਉਂਦੀ ਹੈਗੀ, ਮਾੜੀ ਮੋਟੀ ਜੇ ਕਿਤੇ ਧੁੱਪ ਆਊਗੀ ਨਹੀਂ ਤਾਂ ਸਾਰਾ ਦਿਨ ਧੁੱਪ ਨਹੀਂ ਆਉਂਦੀ ਹੈਗੀ ਅਤੇ ਜੇ ਆਊਗੀ ਤਾਂ ਸਰਦੀਆਂ 'ਚ ਆਊਗੀ, ਗਰਮੀ 'ਚ ਵੀ ਬਿਲਕੁਲ ਵੀ ਧੁੱਪਾਂ ਨਹੀਂ ਆਉਂਦੀ। ਉੱਪਰ ਸਾਰੀਆਂ ਡਿੱਕਾਂ ਦੇਖ ਲਓ ਅਦੇ ਕਿੰਨੀਆਂ ਡਿੱਕਾਂ ਲੱਗੀਆਂ ਹੋਈਆਂ, ਬਿਲਕੁਲ ਵੀ ਧੁੱਪ ਨਹੀਂ ਆਉਂਦੀ ਅਤੇ ਬਹੁਤ ਸੋਚ ਸਮਝ ਕੇ ਇੱਥੇ ਆਪਾਂ ਨੇ ਪਿੰਜਰਾ ਬਣਾਇਆ ਇਹ ਅਤੇ ਛਾਵਾਂ ਰਹਿੰਦੀ ਬਾਈ ਸਾਰਾ ਦਿਨ ਉਰੇ, ਤਾਂ ਕਰਕੇ ਆਪਾਂ ਨੇ ਬਾਈ ਲੋਹੇ ਦੀਆਂ ਚਾਦਰਾਂ ਪਾਈਆਂ। ਅਤੇ ਦਾਣਾ ਬਾਈ ਆਪਾਂ ਨੇ ਪਾ ਤਾ, ਦਾਣਾ ਲੱਗਿਆ ਮੈਂ ਖਾਣ ਅਤੇ ਅੱਜ ਆਪਣੀ ਸਲਾਹ ਹੈ ਜਿਨ੍ਹਾਂ ਨੂੰ ਬਾਹਰੇ ਛੱਡੀਏ ਅਤੇ ਘੁੰਮੀ ਜਾਣਗੇ ਬਾਹਰ ਇਹ, ਅਤੇ ਬਾਹਰ ਆਪਾਂ ਨੇ ਬਾਈ ਇੱਕ ਬੜਾ ਡਰਿੰਕਰ ਭਰ ਕੇ ਰੱਖਤਾ ਅਤੇ ਇਹਦੇ ਵਿੱਚ ਆਪਾਂ ਨੇ ਅੱਜ ਮਲਟੀ ਵਿਟਾਮਿਨ ਪਾ ਤਾ ਇਹਨਾਂ ਨੂੰ। ਖੜ ਜਾਓ ਫਿਰ, ਇਹਨਾਂ ਥੈਲਾ ਇੱਧਰ ਤਾਂ ਫਟਿਆ ਹੋਇਆ, ਇਹਨਾਂ ਬੱਤਕਾਂ ਨੂੰ ਪਤਾ ਇਹਨਾਂ, ਫਿਰ ਕੱਢੀ ਜਾਂਦੀ ਆ ਉਹਦੇ 'ਤੇ। ਬਾਕੀ ਜੀ ਹੁਣ ਕਰਦੇ ਜੀ ਵੀਡੀਓ ਨੂੰ ਬੰਦ, ਅਸੀਂ ਕਮੈਂਟ ਕਰਕੇ ਬਾਈ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਅਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।